ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਸਿਲੇਬਸ ਹੈ ਨਾਰਮਲੀ ਹਰ ਸਾਲ ਫੀਡਬੈਕ ਲਈ ਜਾਂਦੀ ਹੈ ਟੀਚਰ ਐਜੂਕੇਟਰ ਟੀਚਰ ਐਜੂਕੇਟਰ ਕਿਸ ਨੂੰ ਕਹਿੰਦੇ ਹਨ ਜਿਨ੍ਹਾਂ ਨੇ ਬੀਐਡ ਕਾਲਜ ਵਿੱਚ ਤੁਹਾਨੂੰ ਟੀਚ ਕਰਨਾ ਹੈ ਉਹਨਾਂ ਨੂੰ ਟੀਚਰ ਐਜੂਕੇਟਰ ਕਹਿੰਦੇ ਨੇ ਤੁਹਾਨੂੰ ਸਟੂਡੈਂਟਸ ਨਹੀਂ ਕਹਿਣਾ ਤੁਹਾਨੂੰ ਸਟੂਡੈਂਟ ਟੀਚਰ ਕਿਹਾ ਜਾਏਗਾ ਓਕੇ ਸੋ ਤੁਸੀਂ ਜਿਹੜਾ ਇਹ ਫੀਡਬੈਕ ਲੈ ਕੇ ਥੋੜ੍ਹਾ ਇੰਪਰੂਵਮੈਂਟ ਕੀਤਾ ਜਾਂਦਾ ਹੈ ਓਵਰਲੈਪਿੰਗ ਰੈਪੀਟੇਸ਼ਨ ਕੁਛ ਇਸ ਤਰ੍ਹਾਂ ਦੇ ਸੁਜੈਸ਼ਨ ਜਿਹੜੇ ਆਉਂਦੇ ਨੇ ਉਸ ਦੇ ਮੁਤਾਬਕ ਚੇਂਜ ਹੁੰਦੇ ਨੇ ਲੇਕਿਨ ਓਵਰਵਿਊ ਹਰ ਵਾਰੀ ਸੇਮ ਰਹਿੰਦਾ ਹੈ ਇਹ ਟਾਈਮ ਚੱਲ ਰਿਹਾ ਹੈ ਜਦੋਂ ਫੀਡਬੈਕ ਯੂਨੀਵਰਸਿਟੀ ਨੇ ਮੰਗੀ ਹੋਈ ਹੈ ਸੋ ਇਹ ਇਸ ਨੂੰ ਦੇਖਣਾ ਹੈ ਤਿੰਨ ਪਾਰਟ ਪਹਿਲਾਂ ਦਿੱਤੇ ਨੇ ਇਹ ਜੋ ਸਿਲੇਬਸ ਹੈ ਉਸੇ ਦਾ ਡਾਇਰੈਕਟ ਪਾਰਟ ਦਿਖਾ ਰਿਹਾ ਹਾਂ ਕਿਉਂਕਿ ਉਹ ਸਕੈਨਡ ਕਾਪੀ ਪਾਈ ਹੋਈ ਹੈ ਯੂਨੀਵਰਸਿਟੀ ਨੇ ਥੋੜ੍ਹੀ ਜਿਹੀ ਬਲਰ ਦਿਸੇਗੀ ਉਸ ਲਈ ਮੈਂ ਮਾਫੀ ਮੰਗਦਾ ਹਾਂ ਇਹ ਪਾਰਟ 1 ਹੈ ਥਿਊਰੀ ਟੋਟਲ ਥਿਊਰੀ ਕਿੰਨੀ ਹੋਣੀ ਹੈ ਤੁਸੀਂ ਲਿਖਤੀ ਪੇਪਰ ਕਿੰਨੇ ਦੇਣੇ ਹਾਂ 1500 ਮਾਰਕਸ ਦੇ ਹੈ ਇਟ ਮੀਨਸ ਲਾਰਜ ਪਾਰਟ ਜਿਹੜਾ ਹੈ ਥਿਊਰੀ ਦਾ ਹੈ ਪਾਰਟ 2 ਜਿਹੜਾ ਹੈ ਸਕਿੱਲ ਇਨ ਟੀਚਿੰਗ ਪ੍ਰੈਕਟੀਕਲ ਦਾ ਹੈ 260 ਮਾਰਕਸ ਦਾ ਹੈ ਔਰ ਪਾਰਟ 3 ਹੈ ਸੈਸ਼ਨ ਵਰਕ ਹੈ 40 ਮਾਰਕਸ ਦਾ ਹੈ ਟੋਟਲ 1800 ਮਾਰਕਸ ਦੀ ਤੁਹਾਡੀ ਬੀਐਡ ਹੋਏਗੀ ਸਮੈਸਟਰ 1 ਹੈ ਸਮੈਸਟਰ 1 ਦੇ ਟੋਟਲ ਦੇਖ ਸਕਦੇ ਹਾਂ ਥੱਲੇ ਤੱਕ ਕਿੰਨੇ ਪੇਪਰ ਨੇ ਟੀਚਿੰਗ ਨੇ ਇਹ 7 ਪੇਪਰ ਨੇ ਐਕਸਪੀਰੀਐਂਸ਼ੀਅਲ ਲਰਨਿੰਗ ਤੱਕ ਫਸਟ ਪੇਪਰ ਹੈ ਥਿਓਰੈਟੀਕਲ ਜਨਰਲ ਮੋਸਟ ਫੰਡਾਮੈਂਟਲ ਜਿਹੜੇ ਹਰ ਯੂਨੀਵਰਸਿਟੀ 'ਚ ਨੈਸ਼ਨਲ ਜਿਹੜੀ ਕਰੀਕੁਲਮ ਫਰੇਮਵਰਕ ਫੋਰ ਟੀਚਰ ਐਜੂਕੇਸ਼ਨ 2009 ਇਹ ਕੁਸ਼ਚਨ ਦਾ ਆਂਸਰ ਵੀ ਬਣਦਾ ਹੈ TET 'ਚ ਜੇ ਪੁੱਛਿਆ ਜਾਵੇ ਕਦੋਂ ਕਰੀਕੁਲਮ ਫਰੇਮਵਰਕ ਬਣਿਆ ਸੀ 2009 ਵਿੱਚ ਹੁਣ ਨਵਾਂ ਬਣ ਰਿਹਾ ਹੈ ਨਿਊ ਐਜੂਕੇਸ਼ਨ ਪਾਲਿਸੀ ਦੇ ਮੁਤਾਬਕ ਸੋ ਫਿਲਸੋਫਿਕਲ ਇਹਨਾਂ ਨੇ ਰੱਖਿਆ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਫਿਲਸੋਫਿਕਲ ਪਰਸਪੈਕਟਿਵ ਨਹੀਂ ਰੱਖੇ ਹੋਏ ਇਹ ਪੇਪਰ ਉਧਰ ਨਹੀਂ ਹੈ ਸੋ ਇਹ ਬੜਾ ਪੁਰਾਣਾ ਪੇਪਰ ਹੈ ਫਿਲਾਸਫੀ ਕੀ ਹੁੰਦੀ ਹੈ ਫਿਲਾਸਫੀ ਦੀਆਂ ਬ੍ਰਾਂਚਿਸ ਕਿਹੜੀਆਂ ਹੁੰਦੀਆਂ ਹਨ ਡਿਫਰੈਂਟ ਫਿਲਾਸਫਰਸ ਕਿਹੜੇ ਨੇ ਇੰਡੀਆ ਦੀਆਂ ਫਿਲਾਸਫੀਸ ਕਿਹੜੀਆਂ ਆਈਡਲਿਜ਼ਮ ਨੈਚੁਰਲਿਜ਼ਮ ਪ੍ਰੈਗਮੈਟਿਜ਼ਮ ਹਨਾ ਫਿਲਾਸਫਰ ਸਾਡੇ ਸਿੱਖ ਫਿਲਾਸਫਰ ਜਿਹੜੇ ਨੇ ਈਵਨ ਜਿਹੜੇ ਐਜੂਕੇਸ਼ਨਿਸਟ ਨੇ ਵਿਵੇਕਾਨੰਦ ਟੈਗੋਰ ਹਨਾ ਇਸ ਇਹਨਾਂ ਸਾਰਿਆਂ ਨੂੰ ਤੁਸੀਂ ਪੜ੍ਹਨਾ ਹੁੰਦਾ ਹੈ ਫਿਲਾਸਫੀ ਬੇਸਿਕਲੀ ਓਵਰਵਿਊ ਇਹਦਾ ਸਮਝਣਾ ਹੈ ਤੇ ਫਿਲਾਸਫੀ ਇਜ਼ ਇਹਦੇ ਵਿੱਚ ਬੇਸਿਕਲੀ ਆਈਡੀਆਜ਼ ਜੋ ਦਿੱਤੇ ਗਏ ਹੁੰਦੇ ਹਨ ਠੀਕ ਉਹਨਾਂ ਨੂੰ ਤੁਸੀਂ ਸਟੱਡੀ ਕਰੋਗੇ ਉਹ ਆਈਡੀਆਜ਼ ਨੂੰ ਐਜੂਕੇਸ਼ਨ ਤੇ ਅਪਲਾਈ ਕਿੱਦਾਂ ਕਰਨਾ ਹੈ ਐਜੂਕੇਸ਼ਨ ਦੀਆਂ ਪ੍ਰੋਬਲਮ ਨੂੰ ਸੋਲਵ ਕਰਨ ਲਈ ਕਿਵੇਂ ਅਪਲਾਈ ਕਰਨਾ ਹੈ ਦੋ ਆਸਪੈਕਟ ਹੀ ਹੈ ਇਹੀ ਕੁਐਸਚਨ ਆਉਂਦੇ ਆ ਕਿ ਫਿਲਾਸਫੀ ਕੀ ਇਹਨਾਂ ਦੀ ਇਹ ਵਾਲੀ ਫਿਲਾਸਫੀ ਕੀ ਹੈ ਉਸ ਨੂੰ ਐਜੂਕੇਸ਼ਨ ਤੇ ਅਪਲਾਈ ਕਿਵੇਂ ਕਰਨਾ ਹੈ ਐਜੂਕੇਸ਼ਨ ਇੰਪਲੀਕੇਸ਼ਨ ਸੋ ਇਹਦੇ ਵਿੱਚ 70 ਮਾਰਕਸ ਦਾ ਪੇਪਰ ਤੁਹਾਡਾ ਐਕਸਟਰਨਲ ਹੋਏਗਾ 3 ਘੰਟੇ ਦਾ ਇਹ ਹੋਏਗਾ ਔਰ 30 ਮਾਰਕਸ ਦੀ ਇੰਟਰਨਲ ਅਸੈਸਮੈਂਟ ਹੈ ਇੰਟਰਨਲ ਅਸੈਸਮੈਂਟ ਇਸ ਯੂਨੀਵਰਸਿਟੀ ਵਿੱਚ ਸਭ ਤੋਂ ਜ਼ਿਆਦਾ ਲੱਗਦੀ ਹੈ ਪਰ ਯਾਦ ਰੱਖਣਾ ਮਾਰਕਸ ਆਪਾਂ ਟੈਟ ਦਾ ਜਦੋਂ ਕਰਾਂਗੇ ਗੱਲ ਉਹਦੇ ਵਿੱਚ ਦੋ ਤਰ੍ਹਾਂ ਦੇ ਗੋਲ ਆਉਂਦੇ ਆ ਪਰਫਾਰਮੈਂਸ ਗੋਲ ਇੱਕ ਪਰਫਾਰਮੈਂਸ ਗੋਲ ਹੈ ਇੱਕ ਮਾਸਟਰੀ ਗੋਲ ਹੈ ਓਕੇ ਪਰਫਾਰਮੈਂਸ ਗੋਲ ਵਿੱਚ ਮਾਰਕਸ ਹੁੰਦੇ ਆ ਕਿ ਕਿੰਨੀ ਤੁਸੀਂ ਮਾਰਕਸ ਗੇਨ ਕਰ ਲੈਂਦੇ ਹੋ ਸੋ ਲਾਈਫ ਵਿੱਚ ਇਹਦਾ ਫਾਇਦਾ ਨਹੀਂ ਹੁੰਦਾ ਮਾਸਟਰੀ ਗੋਲ ਦਾ ਮਾਸਟਰੀ ਗੋਲ ਮੀਨ ਤੁਸੀਂ ਲਰਨਿੰਗ ਕਿੰਨੀ ਕੀਤੀ ਹੈ ਲਰਨਿੰਗ ਜਿੰਨੀ ਜ਼ਿਆਦਾ ਹੋਏਗੀ ਟੈਟ ਉਨੀ ਜਲਦੀ ਔਰ ਸਿਲੈਕਸ਼ਨ ਟੈਸਟ ਉਨੀ ਜਲਦੀ ਜਾਂ ਜ਼ਿਆਦਾ ਮਾਰਕਸ ਨਾਲ ਤੁਸੀਂ ਪਾਸ ਕਰ ਸਕਦੇ ਹੋ ਦੈਟ ਇਜ਼ ਵਾਈ ਜ਼ਿਆਦਾ ਇਹਦਾ ਲਾਲਚ ਨਹੀਂ ਕਰਨਾ ਇਸ ਨੂੰ ਟੇਕ ਇਟ ਈਜ਼ੀ ਔਰ ਇਸ ਲਈ ਅਧਿਆਪਕਾਂ ਨਾਲ ਕਾਲਜ ਨਾਲ ਬਹਿਸ ਨਾ ਕਰਿਓ ਕਹੀਓ ਨਾ ਕਿ ਮੇਰੇ ਜੀ ਮਾਰਕਸ ਘੱਟ ਹੈ ਕੋਈ ਫਾਇਦਾ ਹੀ ਨਹੀਂ ਕਿਤੇ ਵੀ ਫਾਇਦਾ ਨਹੀਂ ਹੈ ਫਾਇਦਾ ਲਰਨਿੰਗ ਦਾ ਹੈ ਇਸ ਨੂੰ ਥੋੜ੍ਹਾ ਜਿਹਾ ਵੱਡਾ ਕਰ ਲੈਂਦੇ ਹਾਂ ਇੱਥੇ ਇਹ ਹੋ ਗਿਆ ਬਲਰ ਦਿਖੇਗਾ ਥੋੜ੍ਹਾ ਜਿਹਾ ਦੂਸਰਾ ਸਾਈਕੋਲੋਜੀਕਲ ਪਰਸਪੈਕਟਿਵ ਇਨ ਐਜੂਕੇਸ਼ਨ ਹੈ ਇਹ ਵੀ 70 ਮਾਰਕਸ ਦਾ ਹੈ ਨਾਲ ਨਾਲ ਥੋੜ੍ਹਾ ਵੱਡਾ ਕਲੀਅਰ ਕਰਕੇ ਲਿਖਦਾ 70 ਮਾਰਕਸ ਦਾ ਹੈ ਥਿਊਰੀ ਪੇਪਰ ਤੁਹਾਡਾ ਜਿਹੜਾ ਹੋਣਾ ਹੈ 30 ਮਾਰਕਸ ਦੀ ਤੁਹਾਡੀ ਇੰਟਰਨਲ ਅਸੈਸਮੈਂਟ ਹੈ ਸਾਈਕੋਲੋਜੀਕਲ ਦਿਸ ਇਜ਼ ਮੋਸਟ ਇੰਪੋਰਟੈਂਟ ਇਹ ਤਾਂ ਹੈ ਕਿ ਫਿਲਾਸਫੀਕਲ ਪਰਸਪੈਕਟਿਵ ਇਹਦੇ ਵਿੱਚੋਂ ਫਰੋਬਲ ਹੈ ਮੋਂਟੈਸਰੀ ਹੈ ਦੋ ਜਿਹੜੇ ਥਿੰਕਰ ਨੇ ਐਜੂਕੇਸ਼ਨਿਸਟ ਨੇ ਫਿਲਾਸਫਰ ਨੇ ਇਹਨਾਂ ਦੇ ਕੁਐਸਚਨ ਆਉਂਦੇ ਨੇ ਲੇਕਿਨ ਮੋਸਟਲੀ ਬਾਕੀ ਟੈਟ ਵਿੱਚ ਕੋਈ ਕੁਐਸਚਨ ਨਹੀਂ ਇਹਦਾ ਹੁੰਦਾ ਸਾਈਕੋਲੋਜੀਕਲ ਬੇਸਿਸ ਲਾਰਜਲੀ ਕਵਰ ਕਰਦਾ ਹੈ ਜਿਸ ਨੂੰ CDP ਕਹਿੰਦੇ ਆ ਚਾਈਲਡ ਪੈਡਾਗੋਜੀ ਐਂਡ ਡਿਵੈਲਪਮੈਂਟ ਕਾਹਦੇ ਵਿੱਚ TET ਦੇ ਵਿੱਚ ਹੋਏਗਾ ਦੈਟ ਇਜ਼ ਵਾਈ ਇਸ ਪੇਪਰ ਤੇ ਜ਼ਿਆਦਾ ਦੂਰ ਜੇ ਸਕਦੇ ਹਾਂ ਦੈਟ ਇਜ਼ ਵਾਈ ਇਸ ਪੇਪਰ ਦੀ ਤਿਆਰੀ ਪਹਿਲਾਂ ਸ਼ੁਰੂ ਕਰ ਸਕਦੇ ਹਾਂ ਦੈਟ ਇਜ਼ ਵਾਈ ਇਸ ਨੂੰ ਇਨ ਡੈਪਥ 'ਚ ਕਰ ਸਕਦੇ ਹਾਂ ਕਈ ਕਾਰਨ ਬਣਦੇ ਨੇ ਸੋ ਰੈਲੇਵੈਂਸ ਸਾਨੂੰ ਪਤਾ ਲੱਗ ਰਹੀ ਹੈ ਉਹਦੇ ਮੁਤਾਬਕ ਸੋ ਇਹ 70 ਤੇ 30 ਦਾ ਹੋਏਗਾ ਟੀਚਿੰਗ ਲਰਨਿੰਗ ਪ੍ਰੋਸੈਸ ਇਸ ਵਿੱਚੋਂ ਵੀ ਜਿਹੜਾ ਹੈ TET ਵਿੱਚ ਕੁਐਸਚਨ ਆਏਗਾ ਜਿਹੜੇ ਪੈਡਾਗੋਜੀ ਨਾਲ ਆ ਪੀ ਜਿਹੜੀ ਹੈ ਪੈਡਾਗੋਜੀ ਜਦੋਂ ਤੁਸੀਂ ਲੈਂਗੁਏਜ 1 ਕਰਨੀ ਹੈ ਬੇਸ਼ੱਕ ਪੰਜਾਬੀ ਹੈ ਉਹਦੇ 15 ਕੁਐਸਚਨ ਪੈਡਾਗੋਜੀ ਦੇ ਹੋਣੇ ਹਨ ਲੈਂਗੁਏਜ 2 ਹੋਏਗੀ ਹੈ ਨਾ ਇੰਗਲਿਸ਼ ਨਾਰਮਲੀ ਹੁੰਦੀ ਉਹਦੇ 15 ਕੁਐਸਚਨ ਪੈਡਾਗੋਜੀ ਦੇ ਹੁੰਦੇ ਹਨ ਜੇ SST ਤੁਸੀਂ ਰੱਖੀ ਹੋਈ ਹੈ ਉਸ ਦੇ 15 ਕੁਐਸਚਨ
पैडागोजी दे हुण जे मैथ साइंस है स्ट्रीम फिजिकल एजुकेशन है पी एस टेट कोई भी है उस दे 15 क्वेश्चन पैडागोजी दे हो पैडागोजी कित्थों अप्लाई होनी है टीचिंग लर्निंग प्रोसैस विचों ही मेन पेपर होएगा नॉर्मली इहदे विच क्योंकि टेक्निकल पेपर है तो इहदे विच फंडामेंटल मॉडल्स ऑफ टीचिंग वगैरह भी जे हुंदे ने ते औखे लगदे ने लेकिन जे तुसीं कहोगे कि सर औखा है वह उदों ही वीडियो बना के तुहानूं पा सकदा हां पर मैं क्यों जोर दे रहा हाँ इत्थे रुक क्यों रहा हाँ इन्नी डिटेल च क्यों जा रहा हाँ कि टी टी विच इहदा सीधा फायदा है जिवें साइकोलॉजिकल परसपैक्टिव का है सो इन्हां ते जोर दिता जा सकदा है इनडैप्थ च पढ़िया जा सकदा है इहदे नाल तुहाडी टी टी ते उहनां दोनों की तैयारी हो रही है सिलैक्शन टैसट विच इन्हां दा कोई रोल नहीं है मैं साफ दस रहा हाँ सिलैक्शन टैसट विच नहीं है हाँ जे टी टी ਨੂੰ ਮੈਰਿਟ ਵਿੱਚ ਪਾਇਆ ਜਾਂਦਾ ਹੈ ਫਿਰ ਇਹ ਤੁਹਾਡੀ ਜੌਬ ਲਈ ਸਹਾਈ ਸਿੱਧ ਹੋ ਸਕਦੇ ਨੇ ਪੈਡਾਗੋਜੀ ਆਫ ਸਕੂਲ ਸਬਜੈਕਟ ਇਹ ਫਿਰ ਆ ਗਿਆ ਜਿਹੜੀ ਸੀ ਡੀ ਅਤੇ ਪੀ ਅੱਗੇ ਸਾਰੀਆਂ ਮੈਂ ਬ੍ਰਾਂਚਿਸ ਦੱਸੀਆਂ ਪੈਡਾਗੋਜੀ ਦੋ ਸਕੂਲ ਸਬਜੈਕਟ ਮੇਜਰ ਮਾਈਨਰ ਸੀ ਉੱਥੇ ਆ ਕੇ ਖਤਮ ਹੋ ਜਾਂਦੇ ਨੇ ਅੱਗੇ ਉਸਦੇ ਬਾਰੇ ਕੋਈ ਚਿੰਤਾ ਲੈਣ ਦੀ ਜ਼ਰੂਰਤ ਨਹੀਂ ਹੈ ਹਾਂ ਤੁਸੀਂ 3 ਸਾਲ ਔਰ ਇਲੈਕਟਿਵ ਪੜ੍ਹਿਆ ਹੈ ਉਹ ਤੁਹਾਡੀ ਚਿੰਤਾ ਰਹੇਗੀ ਉਹਨੂੰ ਮੈਨੇਜ ਕਰਨ ਲਈ ਐਡੀਸ਼ਨਲ ਪੇਪਰ ਦੇ ਸਕਦੇ ਹੋ ਪੈਡਾਗੋਜੀ ਆਫ ਸਕੂਲ ਸਾਇੰਸ ਸਬਜੈਕਟ ਇਹ ਦੋ ਕ੍ਰੈਡਿਟਸ ਨੇ ਹੈ ਨਾ ਦੋ ਘੰਟੇ ਦਾ ਪੀ ਦੋ ਘੰਟੇ ਤੁਸੀਂ ਇੱਕ ਹਫ਼ਤੇ ਵਿੱਚ ਬਿਤਾਉਣੇ ਨੇ 35 ਦਾ ਹਾਫ ਹੋ ਗਿਆ ਡੇਢ ਘੰਟੇ ਦਾ ਹੋਏਗਾ ਇਹ ਪੇਪਰ ਔਰ 15 ਮਾਰਕਸ ਇਹਦੇ ਇੰਟਰਨਲ ਅਸੈਸਮੈਂਟ ਹੋਏਗੀ ਥਿਊਰੀ ਪੇਪਰ ਐਂਡ ਐਕਸਟਰਨਲ ਜਿਹੜੀ ਹੈ ਇੰਟਰਨਲ ਅਸੈਸਮੈਂਟ ਟੋਟਲ ਬਣ ਗਿਆ 50 ਮਾਰਕਸ ਦਾ ਇਹ ਪੇਪਰ ਹੋਏਗਾ ਕਿੰਨੇ ਘੰਟੇ ਦਾ ਹੋਏਗਾ ਡੇਢ ਘੰਟੇ ਦਾ ਇਹ ਪੇਪਰ ਹੋਏਗਾ ਇਸੇ ਤਰ੍ਹਾਂ ਪੈਡਾਗੋਜੀ 2 ਸੇਮ ਇਸੇ ਤਰ੍ਹਾਂ ਚੱਲੇਗਾ ਉਹ ਤੁਸੀਂ ਕਿਹੜੇ ਚੂਜ਼ ਕੀਤੇ ਹੋਏ ਹੈ ਇਹਦੇ ਵਿੱਚੋਂ ਚੂਜ਼ ਕੀ ਕਰਨੇ ਆ ਤੁਹਾਡੀ ਐਡਮਿਸ਼ਨ ਹੀ ਉਹਦੇ ਬੇਸ ਤੇ ਹੋਈ ਹੈ ਇੱਕ ਤੁਹਾਨੂੰ ਯੂਨੀਵਰਸਿਟੀ ਨੇ ਦੇ ਦਿੱਤਾ ਹੈ ਦੂਸਰਾ ਤੁਹਾਨੂੰ ਕਾਲਜ ਨੇ ਦਿੱਤਾ ਹੈ ਔਨ ਦੀ ਬੇਸਿਸ ਆਫ ਕਿੰਨੇ ਚੇ ਤੁਸੀਂ ਉਹ ਪੜ੍ਹਿਆ ਹੋਇਆ ਹੈ ਨੈਕਸਟ ਹੈ 6th ਲਾਇਬ੍ਰੇਰੀ ਰਿਸੋਰਸਿਸ ਐਂਡ ਆਰਟ ਇਨ ਐਜੂਕੇਸ਼ਨ ਇਹਦੇ ਇਹਦਾ ਵੀ ਫਾਇਦਾ ਜਿਹੜਾ ਹੈ ਟੈਟ ਵਿੱਚ ਔਰ ਜਿਹੜਾ ਤੁਹਾਡਾ ਪੈਡਾਗੋਜੀ ਹੈ ਉਹਦੇ ਵਿੱਚ ਰਿਲੇਟਿਵਲੀ ਹੋਏਗਾ ਲੇਕਿਨ ਘੱਟ ਹੋਏਗਾ ਹੋ ਸਕਦਾ ਹੈ ਸੋ ਇਸ ਨੂੰ ਉਸਦੇ ਮੱਦੇਨਜ਼ਰ ਸਿਰਫ ਫਿਲਾਸਫੀ ਨੂੰ ਛੱਡ ਕੇ ਬਾਕੀ ਸਾਰਿਆਂ ਦਾ ਫਾਇਦਾ ਇੱਥੇ ਪਹਿਲੇ ਸਮੈਸਟਰ ਵਿੱਚ ਦਿਖਾਈ ਦਿੰਦਾ ਹੈ ਠੀਕ ਦੋ ਕ੍ਰੈਡਿਟ ਨੇ ਮਤਲਬ ਕਿ 2 ਘੰਟੇ ਹਫ਼ਤੇ ਦੇ 35 ਮਾਰਕਸ ਥਿਊਰੀ ਪੇਪਰ ਦੇ ਆ ਤੁਹਾਡੇ ਟੀ ਐਚ ਲਿਖ ਦਿੱਤਾ ਇਹਦੇ 'ਤੇ ਔਰ ਇੰਟਰਨਲ ਅਸੈਸਮੈਂਟ ਦੇ ਇਹ 15 ਮਾਰਕਸ ਨੇ ਟੋਟਲ 50 ਮਾਰਕਸ ਦਾ ਇਹ ਹੋ ਗਿਆ ਔਰ ਇਹ ਡੇਢ ਘੰਟੇ ਦਾ ਹੋਏਗਾ ਪੇਪਰ ਇਸੇ ਤਰ੍ਹਾਂ ਐਕਸਪੀਰੀਐਂਸ਼ਲ ਲਰਨਿੰਗ ਇੰਨਾ ਪਿਆਰਾ ਨਾਮ ਹੈ ਐਕਸਪੀਰੀਐਂਸ਼ਲ ਲਰਨਿੰਗ ਜੇ ਤੁਸੀਂ ਇਸ ਨੂੰ ਆਪਾਂ ਪੜ੍ਹਾਂਗੇ ਮੈਂ ਜ਼ਰੂਰ ਪੜ੍ਹਾਉਣਾ ਚਾਹਾਂਗਾ ਜ਼ਿੰਦਗੀ ਇਹਦੇ ਤੋਂ ਬਿਨਾਂ ਕੌਬ ਦਾ ਮਾਡਲ ਸੀ ਐਕਸਪੀਰੀਐਂਸ਼ਲ ਲਰਨਿੰਗ ਕਿ ਉਸਨੇ 4 ਸਟੈਪ ਦਿੱਤੇ ਸੀ ਸਭ ਤੋਂ ਪਹਿਲਾਂ ਅਸੀਂ ਐਕਸਪੀਰੀਅੰਸ ਕਰਦੇ ਹਾਂ ਓਕੇ ਚਲੋ ਇਹ ਇੱਥੇ ਨਹੀਂ ਕਰਾਂਗੇ ਇੱਥੇ ਟੀਚਿੰਗ ਲਰਨਿੰਗ ਪ੍ਰੋਸੈਸ ਸ਼ੁਰੂ ਹੋ ਜਾਏਗੀ ਦ ਬੈਸਟ ਵੇ ਟੂ ਟੀਚ ਜਿਹੜਾ ਰਾਈਟ ਆਂਸਰ ਹਮੇਸ਼ਾ ਪੈਡਾਗੋਜੀ ਸੀ ਡੀ ਪੀ 'ਚ ਹੁੰਦਾ ਸੀ ਡੀ ਪੀ ਵਿੱਚ ਭਾਵੇਂ ਉਹ ਸੀ ਟੈਟ ਹੋਵੇ ਪੀ ਟੈਟ ਹੋਵੇ ਕਿਸੇ ਸਟੇਟ ਦਾ ਵੀ ਟੈਟ ਹੋਵੇ ਉਹਦੇ ਵਿੱਚ ਐਕਸਪੀਰੀਅੰਸ ਬੇਸਡ ਲਰਨਿੰਗ ਹੈ ਪਰ ਐਕਸਪੀਰੀਅੰਸ ਤੋਂ ਵੀ ਉੱਪਰ ਇੱਕ ਸ਼ਬਦ ਹੈ ਇੱਥੇ ਹੀ ਦੱਸ ਦਿੰਦਾ ਹਾਂ ਜ਼ਿੰਦਗੀ ਵਿੱਚ ਇਸ ਨੂੰ ਅਪਲਾਈ ਕਰਨਾ ਹੀ ਪੈਣਾ ਜਦ ਤੱਕ ਬੇਸ਼ੱਕ ਤੁਸੀਂ ਕਿਸੇ ਨਾਲ ਪਿਆਰ ਕਰਦੇ ਹੋ ਪ੍ਰੇਮ ਵਿੱਚ ਹੋ ਬੇਸ਼ੱਕ ਧਰਮ ਦਾ ਮਾਮਲਾ ਹੈ ਬੇਸ਼ੱਕ ਤੁਹਾਡੀ ਫੈਮਿਲੀ ਦਾ ਮਾਮਲਾ ਹੈ ਬੇਸ਼ੱਕ ਤੁਹਾਡੀ ਪਰਸਨੈਲਿਟੀ ਦਾ ਮਾਮਲਾ ਹੈ ਬੇਸ਼ੱਕ ਦੇਸ਼ ਦਾ ਮਾਮਲਾ ਹੈ ਬੇਸ਼ੱਕ ਖਬਰਾਂ ਸੁਣਨ ਦਾ ਮਾਮਲਾ ਹੈ ਬੇਸ਼ੱਕ ਟੈਟ ਕਰਨ ਦਾ ਸਿਲੈਕਸ਼ਨ ਟੈਸਟ ਦਾ ਰਿਫਲੈਕਸ਼ਨ ਤੋਂ ਬਿਨਾਂ ਬੇਸ਼ੱਕ ਲਾਈਫ ਦਾ ਮਾਮਲਾ ਹੈ ਰਿਫਲੈਕਸ਼ਨ ਤੋਂ ਬਿਨਾਂ ਨਾ ਮੈਂ ਕਰਨੀ ਸਿਖਾਵਾਂਗਾ ਕਿ ਕਿਸ ਤਰ੍ਹਾਂ ਕਰਨੀ ਹੈ ਸੋ ਐਕਸਪੀਰੀਐਂਸ਼ਲ ਲਰਨਿੰਗ ਨੈਚੁਰਲੀ ਹੈ ਮਾਡਲ ਵੀ ਪੜ੍ਹਾਂਗੇ ਵਿੱਚ ਇੱਕ ਐਕਸਪੀਰੀਅੰਸ ਬੱਚੇ ਨੂੰ ਦੇ ਕੇ ਉੱਤੇ ਸੋਚ ਕੇ ਅਤੇ ਖੁਦ ਹੀ ਨੌਲੇਜ ਉਹ ਬਣਾਵੇ ਕੰਸਟਰਕਸ਼ਨ ਆਫ ਨੌਲੇਜ ਕਿਸ ਤਰ੍ਹਾਂ ਹੋ ਸਕਦੀ ਹੈ ਇਸ ਦਾ ਪੇਪਰ ਛੋਟਾ ਹੈ 2 ਕ੍ਰੈਡਿਟ ਨੇ 2 ਘੰਟੇ ਹਫ਼ਤੇ ਵਿੱਚ ਔਰ 35 ਮਾਰਕਸ ਥਿਊਰੀ ਦੇ ਹੋਣਗੇ 15 ਮਾਰਕਸ ਜਿਹੜੇ ਨੇ ਇੰਟਰਨਲ ਅਸੈਸਮੈਂਟ ਦੇ ਟੋਟਲ 50 ਹੋਣਗੇ ਇੱਕ ਗੱਲ ਯਾਦ ਰੱਖਣਾ ਐਕਸਪੀਰੀਐਂਸ਼ਲ ਲਰਨਿੰਗ ਦਾ ਸੀ ਡੀ ਪੀ 'ਚ ਸਾਈਕੋਲੋਜੀ ਵਾਂਗੂ ਬੈਸਟ ਰੋਲ ਹੋਏਗਾ ਸੀ ਡੀ ਪੀ ਵਿੱਚ ਸੋ ਆਪਾਂ ਇਕੱਠੇ ਚੱਲਾਂਗੇ ਜਿਹੜਾ ਟੋਪਿਕ ਜਿੱਦਾਂ ਜਿੱਦਾਂ ਤੁਸੀਂ ਚਾਹੁੰਦੇ ਹੋ ਕਰ ਸਕਦੇ ਹਾਂ ਹੈ ਨਾ ਮੈਂ ਕੋਸ਼ਿਸ਼ ਕਰਾਂਗਾ ਬਰੀਫ ਵਿੱਚ ਕੋਸ਼ਿਸ਼ ਕਰਾਂਗਾ ਟੀ ਟੀ ਨਾਲ ਜੋੜ ਕੇ ਤੁਹਾਨੂੰ ਇਹ ਕਰਵਾਵਾਂ ਕਿ ਦੋਨੇ ਚੀਜ਼ਾਂ ਇਕੱਠੀਆਂ ਹੋ ਜਾਣ ਪਰ ਸਮਾਂ ਮੇਰੇ ਤੋਂ ਬਹੁਤ ਘੱਟ ਹੁੰਦਾ ਹੈ ਇਹ ਇੱਕ ਪ੍ਰੋਬਲਮ ਹੈ ਮੇਰੇ ਖਿਆਲ ਸਮੈਸਟਰ 2 ਤੇ ਜ਼ਿਆਦਾ ਜ਼ੋਰ ਨਾ ਦਈਏ ਮੈਂ ਸਿਰਫ ਉਹਨਾਂ ਦੇ ਨਾਮ ਪੜ੍ਹ ਦਿੰਦਾ ਹਾਂ ਅਤੇ ਕਿੰਨੇ ਘੰਟੇ ਦਾ ਇਹ ਦੱਸ ਦਿੰਦਾ ਹਾਂ ਸੋਸ਼ੀਓਲੋਜੀਕਲ ਪਰਸਪੈਕਟਿਵ ਇਨ ਐਜੂਕੇਸ਼ਨ ਟੀ ਈ ਟੀ ਵਿੱਚ ਇੰਪੋਰਟੈਂਸ ਹੈ ਕਿਉਂਕਿ ਸੋਸ਼ੀਓ ਆ ਗਿਆ ਸੋਸ਼ੀਓ ਮੀਨ ਇੱਕ ਪਰਸਨ ਹੈ ਦੂਸਰਾ ਪਰਸਨ ਹੈ ਉਹਦੇ ਵਿੱਚ ਇੰਟਰੈਕਸ਼ਨ ਹੈ ਰਿਲੇਸ਼ਨਸ਼ਿਪ ਹੈ ਸੋਸ਼ੀਓਲੋਜੀਕਲ ਪਰਸਪੈਕਟਿਵ ਇਹ ਸੋਸ਼ਲ ਡਿਵੈਲਪਮੈਂਟ ਇਹ ਉਹਦੇ 'ਚ ਸੀ ਡੀ ਪੀ 'ਚ ਆਉਂਦਾ ਹੈ ਸੋ ਇਹਦੇ 4 ਕ੍ਰੈਡਿਟ 4 ਘੰਟੇ ਹਫ਼ਤੇ ਦੇ ਵਿੱਚ 70
थ्यूरी पेपर दे और इंटरनल असैसमेंट 30 दी टोटल 100 मार्क्स का होएगा और 3 घंटे का पेपर होएगा। एजुकेशन पॉलिसी एंड प्लानिंग इन कंटेंपरेरी इंडिया, कंटेंपरेरी इंडिया विच इस विच फॉर एग्जाम्पल न्यू एजुकेशन पॉलिसी है, मिड डे मील है, इस तरह दिया प्लानिंग ते वो सारा कुछ तुसी पढ़ोगे जो करंट जड़ियाँ गवर्नमेंट ने पॉलिसीज बनाईया है ना इन्हों एनहांस करन नू एजुकेशन नू करन ली। सो ये पेपर भी लंबा है, 4 घंटे हफ्ते दे होंगे, 70 ए थ्यूरी दे, इतने थ्यूरी लिख दिना, इतने एक्सटर्नल लिखा है ना, और 30 इंटरनल दे, 100 मार्क्स जड़े हैं टोटल होंगे, 3 घंटे का पेपर ये भी होएगा। करीकुलम डिवेलपमेंट, यस ये भी क्वेश्चन सी डी पी च आते हैं, ये थोड़ा डिफिकल्ट लगेगा, मेरी बुक दे विच का एक दो मॉडल सीगे, चलो ये नाल नाल डिस्कस करांगे। 4 क्रेडिट 4 घंटे हफ्ते विच और 70 मार्क्स की थ्यूरी तुसी देनी है, 30 मार्क्स की इंटरनल असैसमेंट है, 100 मार्क्स टोटल बनते हैं, 3 घंटे का ये पेपर होएगा। पैडागोजी ऑफ स्कूल सब्जेक्ट उस तरह है जिस तरह तुसी पार्ट सेमेस्टर 1 विच पढ़िया है, 35 एक्सटर्नल ये बारे दसन की जरूरत नहीं है, क्रेडिट 2 ने 35 मार्क्स ने इंटरनल थ्यूरी दे, एक्सटर्नल थ्यूरी दे, ओके इंटरनल 15 है, टोटल 50 मार्क्स का है। दूसरा भी इस तरह ही होएगा, कोई फर्क नहीं है, इस लाइन से दूसरा पैडागोजिकल सब्जेक्ट चलेगा। इस तो इलावा कोई होर सब्जेक्ट मेन स्कूल मैनेजमेंट है, स्कूल मैनेजमेंट थोड़ा बहुत इस चो क्वेश्चन टीईटी दे ज़्यादा नहीं, थोड़े कढ़े जा सकते हैं, छोटा पेपर है, 2 क्रेडिट ने 35 मार्क्स थ्यूरी दे है, 15 मार्क्स इंटरनल असैसमेंट दे है, 50 टोटल बने हैं इस दे मार्क्स। एनरिचिंग लर्निंग थ्रू ICT, यस सी डी पी विच प्लस पैडागोजी दे बाकी सब्जेक्ट विच टेक्नोलॉजी दे ऑडियो विजुअल दे क्वेश्चन बनते हैं। सो 2 क्रेडिट ने 35 थ्यूरी दे मार्क्स ने, 15 जड़े ने तुहाडे इंटरनल असैसमेंट हो गई और 50 टोटल हो गए, टोटल 500 दा सैकेंड सैम बनिया। मैं दस दिया जिहड़ियां बुक्स तुसी पढ़निया ने उन्होंने डायरैक्टली और सब्जेक्टिव टाइप ली नहीं, मैं रिपीट कर रहा हाँ, उन्हां बुक्स विच जो तुसी पढ़ोगे उन्होंने TET का मसला कोई हल नहीं करना, TET विच जिहड़े ने ऑब्जेक्टिव टाइप क्वेश्चन है उहदे विच की आइडियाज़ ते कंसैप्ट क्लीयर करने हुंदे हैं, ते ये सब्जेक्टिव टाइप विच तुसी बस लिखना हुंदा है, लिखना बस लिखना एंड लिखना की लिखना बस थोड़े जे पॉइंट मैच करते हैं, इसलिए ये एग्जामीनेशन सिस्टम जिहड़ा है इंडिया का 3 घंटे ते आके रुक जाता है। जिहड़ा थर्ड है सेमेस्टर ये सारे ही यूनिवर्सिटी विच सेम है लगभग, मतलब कि प्रैक्टिकल होएगा, स्कूल इंटर्नशिप सब्जेक्ट 1, स्कूल इंटर्नशिप सब्जेक्ट 2 एक ही स्कूल च जाते हो, सारा दिन उत्थे बताते हो, उसके 40 के करीब लैसन प्लैन तैयार करते हो, रोज़ एक मैक्रो लैसन प्लैन, उस तो पहला माइक्रो लैसन प्लैन, स्किल इन टीचिंग डैमोस्ट्रेशन तुहाडे हुंदे ने, अपने टीचर नूं डैमो 1 देनी हुंदी है, तुसीं ये जरूरी है डिटेल विच दस दंगा, डैमो 2 देनी हुंदी है, उसनूं एवैल्यूएट किया जाता है, जेकर तुसीं कॉलेज जे ओ सिस्टम अच्छा, अच्छे कॉलेजों की गल करें हाँ, माड़े कॉलेजों कुछ कुछ भी नहीं होना, डैमो 1 डैमो 2 होएगी, और मतलब कि तुसी इहदा की है स्किल इन टीचिंग डैमो कि तुसी एक टॉपिक अपना चुनते हो सब्जेक्ट 1 का और तुसी क्लास के सामने टीचर के सामने उसनों पढ़ाना है ऑडियो विजुअल एड यूज करके, और इस तरह सैम 2 दे विच सॉरी जिहड़ा है डैमो 2 फिर होंदी है उहदे विच भी तुसी टीचर के सामने पढ़ाना हुंदा है अच्छे कॉलेज विच है ना। सो उन्हों एवैल्यूएट किया जाता है, फीडबैक दी जाती है कि तुसी इत्थे अच्छा पढ़ाया, ब्लैकबोर्ड राइटिंग इदा सी, क्वेश्चनिंग इस तरह की की, इंट्रस्टिंग इदा किया, ऑडियो विजुअल नूं किस तरह यूज किया। सो इन्हां दे बेस ते फाइनल यूनिवर्सिटी द्वारा इत्थे यूनिवर्सिटी दे नुमाइंदे तुहाडा लैसन लैन आउंदे आ, सो इस दी असैसमेंट फिर लगती है, ये फाइनल हुंदा है। सो ये इस तो इलावा कई कॉपीज़ भी बनदियां ने, नोटबुक बनदियां ने, वो तुसी एंगेजमेंट विद कम्युनिटी है, एक्सपीरियंस फॉर सोशल एंड एनवायरमेंटल सेंसिटिविटी, सो टोटल 100 मार्क्स का ये पेपर होएगा जिहड़ा तुहाडा है स्किल इन टीचिंग का प्रैक्टिकल, जिहड़ा तुसी क्लासरूम च पढ़ाना है ते यूनिवर्सिटी वालिया ने ऑब्जर्व करना है, दूसरा भी इसे तरह होएगा यूनिवर्सिटी वालिया ने ऑब्जर्व करना है। इस दे विच इंटरनल असैसमेंट 30 दी होएगी और ये एंगेजमेंट विद कम्युनिटी ये 25 मार्क्स एक्सटर्नल है और 15 मार्क्स जिहड़े ने इंटरनल है, टोटल 300 दी हो गई जिहड़ी तुहाडी टीचिंग प्रैक्टिस, ओके थर्ड प्रैक्टिकल टोटल
फोर्थ है टोटल ही थ्योरी होएगा। असैसमेंट फॉर लर्निंग यस ये टॉपिक इस तरह है उहदे विच TET दे विच इस तरह असैसमेंट फॉर लर्निंग असैसमेंट ऑफ लर्निंग है ना असैसमेंट एज लर्निंग तीन तरह है। आप मैं पढ़ावांगा फॉर नूं तुसीं फॉर कर लिया फॉर्मेटिव इस तरह कर देना फॉर्मेटिव असैसमेंट ही ये होंगी है ऑफ लर्निंग समेटिव होंगी है एज लर्निंग जो रिफ्लैक्टिव लर्निंग होंगी है समझावगा डरना नहीं है ईजी हो जाएगा। सो 70 की थ्यूरी है 30 इंटरनल असैसमेंट है 3 घंटे का पेपर होएगा। जेंडर स्कूल एंड सोसाइटी है ना वेरी क्रिटिकल बस ये एक दो चीज़ा ही रिपीट हो जाए रिपीट हो जाए। जेंडर मैं चाहना कि सच्ची पेपर के बाद तुहाडी जेंडर सेंसिटिविटी वधे चलो इत्थे नहीं गल्लां करांगा सच्ची तुसी जे तुसी लड़की हो तो तुहानू लड़के बारे किन्ना पता है कि उन्हां दे रियल ट्रेट्स की हुंदे हालांकि तुसी शायद प्रेम कीता होवे की तुहानू लड़कियां बारे पता है लड़के हो बॉय हो तो की तुहानू लड़कियां बारे पता है कि उन्हां नू किन्ना समझदे हो सिंपली अंडरस्टैंड। अगली गल की तुसी अगे करांगे इस तो अगले क्वेश्चन भी हैं। सो जे ये पेपर पढ़ के नहीं समझ आई तो फिर फायदा नहीं है पढ़न का। पेपर अद्धा होएगा 35 का थ्यूरी पेपर 15 मार्क्स हो गए इंटरनल असैसमेंट के सो ये 1.5 घंटे का होएगा इस तो अंदाजा लगाया जा सकता है। मेरे ख्याल च इनकलूसिव एजुकेशन है इनकलूसिव एजुकेशन है सेम इनकलूसिव एजुकेशन एग्जैक्ट TET दे विच है CDP दे विच है। सो ये भी 35 और 15 है अंडरस्टैंडिंग द सैल्फ है ये मेरे मालिक मेरे लैक्चर कई है ना करवाते होंगे कॉलेज तो हाई इतने तो हाई करा मैं है कौन मैं कौन हाँ मैं कौन हाँ चलो इतने करा बड़ा प्यारा आया है 35-15 रीडिंग एंड रिफ्लैक्टिंग 35-15 स्ट्रेंथिंग लैंग्वेज प्रोफिशंसी 35-15 हेल्थ एंड फिजिकल एजुकेशन 35-15 अगे ऑप्शनल है। मैं ये सारे जल्दी जल्दी पढ़ दते क्योंकि ये हजे तक तुसी ये बारे ज़्यादा दी सोचना पहले सेमेस्टर ते ज़्यादा जोर देना है ये ऑप्शनल है दो इन्हां चो चूज करना गाइडेंस एंड काउंसलिंग और ह्यूमन राइट्स एंड वैल्यू एक्सपीरियंशियल लर्निंग एंड वर्क एजुकेशन डिस्टेंस एंड ओपन लर्निंग टीचर एजुकेशन ये नॉर्मली सब तो ज़्यादा ईजी यूनीवर्सल चुनिया जो जाता है वह गाइडेंस एंड काउंसलिंग हुंदा है ठीक। डायरेक्टिव काउंसलिंग इनडायरेक्टिव काउंसलिंग और एक होर है तुसी लाइफ स्किल्स है स्पेशल एजुकेशन है कंपैरेटिव एजुकेशन है वोकेशनल एजुकेशन है एनवायरमेंटल एजुकेशन है ये मैं तुसी जिहड़ा मर्जी चुनो मेरा तो फर्ज है इन्हां चो दो चुनने किहड़े बैटर है TET लई कंट्रीब्यूट करनगे जिहड़े है स्पेशल एजुकेशन वाला पूरा इनकलूसिव एजुकेशन का पोर्शन है उधर इनकलूसिव तो इधर स्पेशल एजुकेशन इस चो तुहानू TET च उत्तर मिलणगे उत्तर देण च तुहानू सहाई होएगा। मैं नहीं कहना इह चुनो मैं नहीं कहता अपने टीचर ना सलाह करके बुक्स केड़ियाँ अवेलेबल है वगैरह है ना कोई प्रॉब्लम आती है मैं इमीडिएट भेजो मैं उदन दूए दिन तीए दिन तुम जो उत्तर बिल्कुल किदा देना है किदा उस क्वेश्चन आंसर क्ढने वो सारा नाल नाल दस दाँगा। सो मोस्टली ये हो सकते हैं गाइडेंस एंड काउंसलिंग बाकी जो तो इंटरस्ट रखते हो एक्सपीरियंशियल लर्निंग एंड वर्क एजुकेशन ये भी एक्सपीरियंशियल लर्निंग का पार्ट यदा TET ना मैच करेगा डिस्टेंस एंड ओपन लर्निंग नहीं ये कट करेगा। सो कॉम्पीटिट कंपैरेटिव एजुकेशन है वोकेशनल एजुकेशन है एनवायरमेंटल एजुकेशन है इन्हों दो चुनने हैं टोटल 500 का ये बन जाता है। सो इन्ह सारे छड़ के फर्स्ट सैम पर फोकस करो नैक्सट वीडियो में दस दिना हाँ कि सिलेबस की है उसनों उसका ओवरव्यू दे देना है कि सिलेबस की पढ़ना होता है ठीक ये रिगार्डिंग कोई क्वेश्चन होवे कर सकते हो। थैंक यू एंड थैंक यू मैं सिर्फ इसलिए यह वीडियो पा रहा सिलेबस तुम देख भी सकते हो ये वीडियो देखने की जरूरत नहीं है मैं किसी भी वीडियो अपने लिए नहीं कहना कि मेरी वीडियो इदा करो उदा करो मैं ये कह रहा हाँ कि TET तो सिलैक्शन टैसट को सामने रख के जे ये पेपर चो फायदा हो सकता है वह इंडीकेशन दिती है तो उदे बारे असी नाल नाल कर सकते हैं कुछ है ना जे तुसी चाहोगे मैनू प्रॉब्लम अपनी क्वेश्चन दोगे तो मैं वो हल करने की कोशिश करा मैं कुछ नहीं करता करन वाली एनर्जी कर दी है। थैंक यू।